ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋਨੋਂ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਦੀ ਸ਼ਹਾਦਤ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜਾ ਸਾਹਿਬ ਪਹੁੰਚੇ। ਇੱਥੇ ਇੱਕ ਪੇੜ ਦਾ ਸਹਾਰਾ ਲੈ ਕੇ ਉਹਨਾਂ ਵੱਲੋਂ ਆਰਾਮ ਕੀਤਾ ਗਿਆ। ਜਿੱਥੇ ਗੁਰੂ ਸਾਹਿਬ ਜੀ ਨੇ ਚਰਨ ਰੱਖੇ ਸੀ, ਅੱਜ ਉੱਥੇ ਗੁਰਦੁਆਰਾ ਸ੍ਰੀ ਚਰਨ ਕਵਲ ਸਾਹਿਬ ਸੁਸ਼ੋਭਿਤ ਹੈ। ਇੱਥੇ ਹੀ ਗੁਰੂ ਸਾਹਿਬ ਦੁਆਰਾ ਇਸ ਸ਼ਬਦ ਦਾ ਉਚਾਰਨ ਕੀਤਾ ਗਿਆ ਸੀ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੇ ਕਥਾਵਾਚਕ ਇਕਨਾਮ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ, 8 ਪੋਹ 1704 ਨੂੰ ਗੁਰੂ ਜੀ ਇੱਥੇ ਪਹੁੰਚਦੇ ਨੇ ਅਤੇ 10 ਪੋਹ ਨੂੰ ਗੁਰੂ ਜੀ ਨੂੰ ਸ਼ਰਧਾਲੂ ਆਪਣੇ ਨਾਲ ਲੈ ਜਾਂਦੇ ਨੇ। ਗਨੀ ਖਾਨ ਨਵੀ ਖਾਨ ਨੇ ਵੀ ਗੁਰੂ ਸਾਹਿਬ ਨਾਲ ਮੁਲਾਕਾਤ ਕੀਤੀ ਅਤੇ ਦੋਨਾਂ ਦੁਆਰਾ ਗੁਰੂ ਸਾਹਿਬ ਤੋਂ ਉੱਚ ਦਾ ਪੀਰ ਬਣਨ ਦੀ ਬੇਨਤੀ ਕੀਤੀ ਗਈ, ਜਿਸ ਤੋਂ ਬਾਅਦ ਅਗਲੇ ਸਫ਼ਰ ਦੇ ਲਈ ਗੁਰੂ ਸਾਹਿਬ ਜੀ ਰਵਾਨਾ ਹੋ ਜਾਂਦੇ ਨੇ। ਗੁਰੂ ਜੀ ਦੀ ਇਸ ਯਾਦ ਨੂੰ ਲੈ ਕੇ 23 ਦਸੰਬਰ ਤੋਂ ਇੱਥੇ 3 ਦਿਨਾਂ ਦਾ ਜੋੜ ਮੇਲਾ ਮਨਾਇਆ ਜਾਂਦਾ, ਜਿਸ ਦੇ ਵਿੱਚ ਪਹਿਲੇ ਦਿਨ ਇੱਥੇ ਨਗਰ ਕੀਰਤਨ ਪਹੁੰਚੇਗਾ, ਦੂਸਰੇ ਦਿਨ ਧਾਰਮਿਕ ਦੀਵਾਨ ਸਜਾਏ ਜਾਂਦੇ ਨੇ ਅਤੇ ਅੰਤਿਮ ਦਿਨ ਇੱਥੇ ਨਗਰ ਕੀਰਤਨ ਸਜਾਇਆ ਜਾਂਦਾ। ਸਾਹਿਬ ਕਮਾਲ ਕਲਗੀਧਰ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਗੁਰੂ ਫਤਿਹ ਦੀ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਮਾਛੀਵਾੜਾ ਸਾਹਿਬ ਦੀ ਧਰਤੀ 'ਤੇ ਹਾਜ਼ਰੀ ਭਰ ਰਹੇ ਹਾਂ। ਦਾਸ ਦਾ ਨਾਮ ਇਕਨਾਮ ਸਿੰਘ ਹੈ। ਹਜ਼ੂਰੀ ਕਥਾਵਾਚਕ ਦੀ ਸੇਵਾ ਮਾਛੀਵਾੜਾ ਸਾਹਿਬ ਵਿਖੇ ਹੈ। ਕਲਗੀਧਰ ਦਸ਼ਮੇਸ਼ ਪਿਤਾ ਸਤਿਗੁਰੂ ਚਮਕੌਰ ਸਾਹਿਬ ਦੀ ਗੜੀ ਛੱਡਣ ਦੇ ਉਪਰੰਤ ਮਾਛੀਵਾੜਾ ਸਾਹਿਬ ਦੀ ਧਰਤੀ ਨੂੰ ਭਾਗ ਲਾਉਂਦੇ ਹਨ। ਸਤਿਗੁਰੂ ਦੇ ਲਖਤੇ ਜਿਗਰ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਦੀਆਂ ਸ਼ਹਾਦਤਾਂ ਦੇ ਉਪਰੰਤ ਉਸ ਕੱਚੀ ਗੜੀ ਵਿੱਚ ਸਤਿਗੁਰੂ ਇੱਕ ਪ੍ਰਣ ਕਰਦੇ ਹਨ ਕਿ ਅਸੀਂ ਵੀ ਧਰਮ ਦੀ ਰੱਖਿਆ ਵਾਸਤੇ ਜਿਵੇਂ ਸਾਡੇ ਸਾਹਿਬਜ਼ਾਦਿਆਂ ਨੇ ਸ਼ਹਾਦਤ ਦਿੱਤੀ ਹੈ, ਅਸੀਂ ਵੀ ਖੂਨ ਡੋਲਾਂਗੇ, ਅਸੀਂ ਵੀ ਮੈਦਾਨੇ ਜੰਗ ਵਿੱਚ ਸ਼ਹਾਦਤ ਦੇਵਾਂਗੇ, ਸਾਡਾ ਇੱਕ ਇੱਕ ਖੂਨ ਦੀ ਬੂੰਦ ਜਿਹੜੀ ਹੈ ਉਹ ਵਿਅਰਥ ਨਹੀਂ ਜਾਏਗੀ, ਜ਼ਰੂਰ ਸਫਲੀ ਹੋਏਗੀ, ਧਰਮ ਰੱਖਿਅਕ ਹੋ ਕੇ ਅਸੀਂ ਵੀ ਕੁਰਬਾਨੀ ਦੇਵਾਂਗੇ, ਸ਼ਹਾਦਤ ਦੇਵਾਂਗੇ। ਪਰ ਦੂਰ ਅੰਦੇਸੀ ਸੋਚ ਤੋਂ ਵਿਚਾਰ ਲੈਂਦਿਆਂ ਹੋਇਆਂ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਆਦਿਕ ਸੂਰਬੀਰ ਯੋਧਿਆਂ ਨੇ ਇਕੱਤਰਿਤ ਹੋ ਕੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਹੈ, ਪਾਤਸ਼ਾਹ ਤੁਹਾਡਾ ਇਸ ਗੜੀ ਵਿੱਚੋਂ ਬਚ ਕੇ ਜਾਣਾ ਇਸ ਸਮੇਂ ਬਹੁਤ ਜ਼ਰੂਰੀ ਹੈ, ਸਾਡੇ ਵਰਗੇ ਖਾਲਸੇ ਤੁਸੀਂ ਹੋਰ ਸਜਾ ਲਓਗੇ ਪਰ ਤੁਹਾਡੇ ਵਰਗਾ ਮੁਰਸ਼ਦ ਦੁਆਰਾ ਨਹੀਂ ਮਿਲ ਸਕਦਾ, ਇਸ ਕਰਕੇ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਤੁਸੀਂ ਗੜੀ ਛੱਡ ਕੇ ਚਲੇ ਜਾਓ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ 5 ਪਿਆਰਿਆਂ ਦਾ ਉਹ ਦਿੱਤਾ ਹੋਇਆ ਜੋ ਹੁਕਮ ਹੈ ਉਸ ਨੂੰ ਪ੍ਰਵਾਨ ਕਰਦਿਆਂ ਹੋਇਆਂ ਭਾਈ ਸੰਗਤ ਸਿੰਘ ਨੂੰ ਆਪਣੀ ਕਲਗੀ ਪਹਿਨਾ ਕੇ ਸਤਿਗੁਰੂ ਉਸ ਕੱਚੀ ਗੜੀ ਤੋਂ ਤਾੜੀ ਮਾਰ ਕੇ ਦੁਸ਼ਮਣ ਨੂੰ ਵੰਗਾਰ ਕੇ ਕਲਗੀਧਰ ਪਾਤਸ਼ਾਹ ਸਫ਼ਰ ਕਰਦੇ ਨੇ। ਗੁਰੂ ਸਵਾਰਿਓ ਝਾੜ ਸਾਹਿਬ ਤੋਂ ਹੁੰਦੇ ਹੋਏ ਸਤਿਗੁਰੂ ਮਾਛੀਵਾੜਾ ਸਾਹਿਬ ਪਹੁੰਚਦੇ ਨੇ। ਖੂਹ ਸਾਹਿਬ ਤੋਂ ਜਲ ਛਕਿਆ ਪਾਤਸ਼ਾਹ ਨੇ, ਖੂਹ ਵਿੱਚੋਂ ਪਾਣੀ ਕੱਢਣ ਵਾਲੀ ਟਿੰਡ ਲੈ ਕੇ ਇਸ ਜੰਡ ਸਾਹਿਬ ਦੇ ਹੇਠਾਂ ਸੱਚੇ ਪਾਤਸ਼ਾਹ ਨੇ ਆਰਾਮ ਕੀਤਾ। ਅੰਮ੍ਰਿਤ ਵੇਲੇ ਵਿਛੜੇ ਹੋਏ ਮਹਾਰਾਜ ਜੀ ਤੋਂ 3 ਸਿੰਘ ਸਤਿਗੁਰੂ ਨੂੰ ਆ ਕੇ ਮਿਲੇ ਨੇ, ਪਿਆਰੇ ਭਾਈ ਦਇਆ ਸਿੰਘ, ਪਿਆਰੇ ਭਾਈ ਧਰਮ ਸਿੰਘ, ਭਾਈ ਮਾਨ ਸਿੰਘ। ਜਦੋਂ ਉਹ ਚਰਨ ਪਰਸਦੇ ਨੇ, ਸੱਜੇ ਹੱਥ ਵਿੱਚ ਪਾਤਸ਼ਾਹ ਦੇ ਸ਼ਮਸ਼ੀਰ ਸੀ, ਖੱਬੀ ਵੱਖੀ ਹੇਠਾਂ ਕਰਕੇ ਸਤਿਗੁਰੂ ਟਿੰਡ ਦਾ ਸਰਾਣਾ ਲਾ ਕੇ ਆਰਾਮ ਕਰ ਰਹੇ ਸੀ। ਜਦੋਂ ਚਰਨ ਪਰਸੇ, ਗੁਰਦੇਵ ਇੱਕੇ ਦਮ ਸੁਚੇਤ ਹੋਏ, ਸਾਵਧਾਨ ਹੋਏ, ਸਾਹਮਣੇ ਸੂਰਬੀਰ ਯੋਧਿਆਂ ਨੂੰ ਦੇਖ ਕੇ
ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਸਭਨਾਂ ਨੂੰ ਵਾਰੋ ਵਾਰ ਗੱਲ ਲਾਇਆ, ਪਿਆਰ ਦਿੱਤਾ। ਔਰ ਭਾਈ ਦਇਆ ਸਿੰਘ ਨੇ ਬੇਨਤੀ ਕੀਤੀ ਕਿ ਸਤਿਗੁਰੂ ਇਹ ਕਿਹੜੇ ਚੋਜ ਵਰਤਾ ਰਹੇ ਹੋ, ਪਰਿਵਾਰ ਵਿਛੜ ਗਿਆ ਹੈ, ਵੱਡੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਹੋ ਗਈਆਂ ਨੇ। ਸਤਿਗੁਰੂ ਆਪ ਜੀ ਦੇ ਜਿਹੜੇ ਇਹ ਜੀਵਨ ਦੇ ਇਹੋ ਜਿਹਾ ਜੋ ਚੋਜ ਵਰਤਾ ਰਹੇ ਹੋ ਸਾਡੀ ਸਮਝ ਤੋਂ ਬਾਹਰਾ ਹੈ। ਕੇਤਿਆਂ ਦੁੱਖ ਭੁੱਖ ਸਦ ਮਾਰ, ਇਹ ਪੇ ਦਾਤ ਤੇਰੀ ਦਾਤਾਰ। ਦੁੱਖ ਨੂੰ ਭੁੱਖ ਨੂੰ ਵੀ ਮੁਸੀਬਤਾਂ ਨੂੰ ਵੀ ਦਾਤ ਕਹਿਣਾ, ਪਾਤਸ਼ਾਹ ਇਹ ਤੁਹਾਡੇ ਹਿੱਸੇ ਆਇਆ ਹੈ। ਕਲਗੀਧਰ ਪਾਤਸ਼ਾਹ ਨੇ ਯੋਧਿਆਂ ਸੂਰਬੀਰਾਂ ਦੀ ਮਨ ਦੀ ਅਵਸਥਾ ਨੂੰ ਜਾਣਦਿਆਂ ਹੋਇਆਂ ਫਿਰ ਇਹ ਸ਼ਬਦ ਉਚਾਰਨ ਕੀਤਾ, ਖਿਆਲ ਪਾਤਸ਼ਾਹੀ ਦਸਵੀਂ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਉੱਡਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਵਿੰਗ ਕਸਾਈਆਂ ਦਾ ਸਹਿਣਾ, ਜਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਕਲਗੀਧਰ ਪਾਤਸ਼ਾਹ ਸ਼ਬਦ ਵਿੱਚ ਆਪਣੀ ਆਤਮਕ ਅਡੋਲਤਾ ਦਰਸਾ ਰਹੇ ਨੇ ਕਿ ਪਰਮਾਤਮਾ ਦਾ ਜੋ ਵੀ ਵਰਤਾਰਾ ਹੈ ਉਸ ਨੂੰ ਅਸੀਂ ਸਿਰ ਮੱਥੇ ਕਬੂਲ ਕਰ ਰਹੇ ਹਾਂ, ਕਿਉਂਕਿ ਸਾਰੇ ਕਿਤੇ ਉਸ ਦਾ ਭਾਣਾ ਹੀ ਵਰਤਦਾ ਹੈ। ਆਪਣਾ ਭਾਣਾ ਆਪ ਮਨਾਏ ਜਿਸ ਨੂੰ ਹੋਵੇ ਦਿਆਲਾ, ਜਿਸ 'ਤੇ ਉਸ ਦੀ ਦਇਆ ਹੋਵੇ ਪਰਮਾਤਮਾ ਦੀ ਉਹੀ ਭਾਣਾ ਮੰਨ ਸਕਦਾ ਹੈ। ਇੱਥੇ ਫਿਰ ਗੁਰੂ ਮਹਾਰਾਜ ਸਤਿਗੁਰੂ ਜੀ ਦੀ ਵਡਿਆਈ ਵਿੱਚ ਕਲਮਬੰਦ ਵਿਦਵਾਨ ਨੇ ਕੀਤਾ, ਹੱਥ ਵਿੱਚ ਸ਼ਮਸ਼ੀਰ ਨੂੰ ਲੈ ਕੇ, ਦਿਲ ਵਿੱਚ ਪੰਥ ਦੀ ਪੀੜ ਨੂੰ ਲੈ ਕੇ, ਰੱਖ ਕੇ ਸੁੱਤਾ ਟਿੰਡ ਸਿਰਹਾਣੇ, ਮੈਂ ਵਾਰ ਕੇ ਆਇਆ ਤੇਰੇ ਭਾਣੇ, ਅਜੀਤ ਜੁਝਾਰ ਨੇ ਪਾਏ ਸ਼ਹੀਦੀ ਬਾਣੇ, ਬਿਆਨ ਨਹੀਂ ਹੁੰਦੇ ਦੁੱਖੜੇ ਤੇਰੇ, ਵਿੰਨੇ ਚਰਨ ਕੰਡਿਆਂ ਤੇਰੇ, ਤੱਕ ਕੇ ਸੋਹਣਾ ਨਦੀ ਕਿਨਾਰਾ, ਸੌਂਘਿਆ ਬਾਜਾਂ ਵਾਲਾ ਪਿਆਰਾ। ਸਤਿਗੁਰੂ ਨੇ ਇੱਥੇ ਆਰਾਮ ਕੀਤਾ ਹੈ ਆ ਕੇ। ਇੱਥੋਂ ਸਨਮਾਨ ਯੋਗ ਸਤਿਕਾਰਯੋਗ ਭਾਈ ਗੁਲਾਬਾ, ਭਾਈ ਪੰਜਾਬਾ ਸੱਚੇ ਪਾਤਸ਼ਾਹ ਨੂੰ ਲੈਣ ਵਾਸਤੇ ਆਏ ਹਨ। ਉਹਨਾਂ ਦੇ ਮਾਹੀ ਨੇ ਘਰ ਜਾ ਕੇ ਦੱਸਿਆ ਹੈ, ਤੁਹਾਡੇ ਵਰਗੇ ਸਿੱਖੀ ਸਰੂਪ ਵਾਲੇ, ਸੋਹਣੇ ਦਸਤਾਰਿਆਂ ਅਤੇ ਸੋਹਣੇ ਦਾੜ੍ਹਿਆਂ ਵਾਲੇ ਕੁਝ ਸੂਰਬੀਰ ਆਪਣੇ ਬਾਗ ਵਿੱਚ ਆਏ ਹਨ, ਉਹਨਾਂ ਨੇ ਨਿਵਾਸ ਕੀਤਾ ਹੈ। ਜਦੋਂ ਸੁਣਿਆ ਉਸੇ ਵੇਲੇ ਹੀ ਭਾਈ ਗੁਲਾਬਾ, ਭਾਈ ਪੰਜਾਬਾ ਸਤਿਗੁਰੂ ਨੂੰ ਲੈਣ ਵਾਸਤੇ ਆਏ ਹਨ, ਬੇਨਤੀਆਂ ਕੀਤੀਆਂ ਹਨ, ਘਰ ਚੱਲੋ। ਗੁਰੂ ਮਹਾਰਾਜ ਜੀ ਕਹਿਣ ਲੱਗੇ, ਹੁਣੇ ਨਹੀਂ ਘਰ ਜਾਵਾਂਗੇ, ਸ਼ਾਮ ਨੂੰ ਜਦੋਂ ਹਨੇਰਾ ਹੋ ਜਾਏਗਾ, ਸ਼ਾਮ ਦਾ ਨਿਤਨੇਮ ਅਸੀਂ ਗੁਰੂ ਪਾਤਸ਼ਾਹ ਨੇ ਕਿਹਾ ਇੱਥੇ ਕਰਾਂਗੇ। ਸਾਰਾ ਦਿਨ ਪਾਤਸ਼ਾਹ ਫਿਰ ਇੱਥੇ ਰਹੇ ਹਨ। ਨੌ ਪੋਹ ਦੀ ਰਾਤ ਨੂੰ 1704 ਨੂੰ ਸਤਿਗੁਰੂ ਇੱਥੇ ਪਹੁੰਚੇ ਹਨ ਅਤੇ ਗੁਰੂ ਸਵਾਰੇ ਉਹ ਅੱਧੀ ਰਾਤ ਪਹੁੰਚੇ ਹਨ। 10 ਪੋਹ ਨੂੰ ਪਿਆਰ ਸਤਿਕਾਰ ਵਾਲਿਆਂ ਨੇ ਆਪਣੇ ਘਰ ਕਲਗੀਧਰ ਪਾਤਸ਼ਾਹ ਨੂੰ ਭਾਈ ਗੁਲਾਬਾ ਅਤੇ ਪੰਜਾਬਾ ਲੈ ਕੇ ਗਏ ਹਨ। ਉੱਥੇ ਹੀ ਫਿਰ ਚੁਬਾਰਾ ਸਾਹਿਬ ਵਿਖੇ ਹੀ ਸਤਿਗੁਰੂ ਦਾ ਨਿਵਾਸ ਕਰਵਾਇਆ ਗਿਆ ਹੈ। ਇੱਥੇ ਮਾਤਾ ਹਰਦਈ ਨੂੰ ਬੁਲਾ ਕੇ ਪਾਤਸ਼ਾਹ ਜੀ ਨੇ ਚੁਬਾਰਾ ਸਾਹਿਬ ਉਹਨਾਂ ਪਾਸੋਂ ਜੋ ਉਹਨਾਂ ਨੇ ਬਸਤਰ ਤਿਆਰ ਕੀਤੇ ਸੀ ਉਹ ਪ੍ਰਵਾਨ ਕੀਤੇ ਹਨ। ਮਾਤਾ ਹਰਦਈ ਨੇ ਵੀ ਭੇਟ ਕਰਕੇ ਬਸਤਰ ਆਪਣਾ ਜਨਮ ਜੀਵਨ ਸਫਲਾ ਕੀਤਾ। ਚੁਬਾਰੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਿਵਾਸ ਹੈ। ਜਦੋਂ ਦੋ ਘੋੜਿਆਂ ਦੇ ਸੌਦਾਗਰ ਭਾਈ ਗਨੀ ਖਾਨ ਨਵੀ ਖਾਨ ਨੂੰ ਪਤਾ ਲੱਗਦਾ ਹੈ, ਉਹ ਸਤਿਕਾਰ ਨਾਲ ਸੱਚੇ ਪਾਤਸ਼ਾਹ ਨੂੰ ਲੈਣ ਵਾਸਤੇ ਆਉਂਦੇ ਹਨ। ਕਹਿੰਦੇ ਹਨ, ਸਤਿਗੁਰੂ ਸਾਡੇ ਘਰ ਤੁਸੀਂ ਆ ਕੇ ਕਿਰਪਾ ਕਰਕੇ ਚਰਨ ਪਾਓ। ਜਿੱਥੇ ਗੁਰਦੁਆਰਾ ਭਾਈ ਗਨੀ ਖਾਂ ਨਬੀ ਖਾਂ ਸਾਹਿਬ ਹੈ, ਕਲਗੀਧਰ ਪਾਤਸ਼ਾਹ ਉੱਥੇ ਵੀ ਦੋ ਰਾਤਾਂ ਰਹਿੰਦੇ ਹਨ। ਸਮੇਂ ਦੇ ਹਾਲਾਤ ਨੂੰ ਦੇਖ ਕੇ ਭਾਈ ਗਨੀ ਖਾਂ ਨੇ ਬੇਨਤੀ ਕੀਤੀ ਹੈ ਕਲਗੀਧਰ ਪਾਤਸ਼ਾਹ, ਸਾਡੇ ਤੁਸੀਂ ਉੱਚ ਦੇ ਪੀਰ ਬਣੋ।
ਅਸੀਂ ਤੁਹਾਡੀ ਸੇਵਾ ਦੇ ਵਿੱਚ ਸਮਰਪਿਤ ਹੋ ਕੇ ਤੁਹਾਨੂੰ ਅਗਲੇ ਸਫ਼ਰ ਵਿੱਚ ਲੈ ਕੇ ਚੱਲੀਏ। ਗੁਰੂ ਜੀ ਨੇ ਉੱਚ ਦੇ ਪੀਰ ਬਣਨਾ ਪ੍ਰਵਾਨ ਕੀਤਾ ਹੈ। ਲਿਲਾਰੀ ਪਾਸੋਂ ਉਹੀ ਵਸਤਰ ਜੋ ਮਾਤਾ ਹਰਦਈ ਨੇ ਭੇਟ ਕੀਤੇ ਸਨ ਨੀਲੇ ਰੰਗ ਵਿੱਚ ਰੰਗਵਾਏ ਗਏ ਹਨ। ਸਭਨਾਂ ਨੂੰ ਹੀ ਨੀਲੀਆਂ ਪੁਸ਼ਾਕਾਂ ਪਹਿਨਾਈਆਂ ਗਈਆਂ ਹਨ ਅਤੇ ਅਗਲੇ ਸਫ਼ਰ ਵਿੱਚ ਸਤਿਗੁਰੂ ਜੀ ਨੂੰ ਸੋਹਣੇ ਸੁੰਦਰ ਪਲੰਘ 'ਤੇ ਬਿਠਾ ਕੇ ਅਗਲੇ ਪਾਵਿਆਂ ਨੂੰ ਮੋਢਾ ਦੇ ਰਹੇ ਨੇ ਗਨੀ ਖਾਂ ਨਬੀ ਖਾਂ, ਔਰ ਪਿਛਲੇ ਪਾਵਿਆਂ ਨੂੰ ਮੋਢਾ ਦੇ ਰਹੇ ਨੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਚੌਰ ਕਰ ਰਹੇ ਹਨ। ਬਹੁਤ ਪ੍ਰੇਮ ਭਾਵ ਨਾਲ ਸਤਿਗੁਰੂ ਨੂੰ ਅਗਲੇ ਸਫ਼ਰ ਵਿੱਚ ਲੈ ਕੇ ਜਾ ਰਹੇ ਹਨ। ਗੁਰੂ ਸਵਾਰਿਓ, ਗੁਰੂ ਮਹਾਰਾਜ ਜੇ ਮਾਛੀਵਾੜੇ ਆਏ ਹਨ ਅਤੇ ਸਤਿਗੁਰੂ ਨੰਗੇ ਪੈਰ ਹਨ, ਪੈਰਾਂ ਵਿੱਚ ਸਤਿਗੁਰੂ ਦੇ ਸੂਲਾਂ ਚੁੱਭੀਆਂ ਹਨ, ਔਰ ਅੱਜ ਆਪਾਂ ਆਪਣੇ ਵੱਲ ਵੇਖਾਂਗੇ ਜੇ ਆਪਾਂ ਵੀ ਆਉਂਦੇ ਹਾਂ ਸਾਲਾਨਾ ਇਸ ਸਭਾ 'ਤੇ, ਇਸ ਜੋੜ ਮੇਲ 'ਤੇ, ਅਤੇ ਆਪਾਂ ਤਾਂ ਪੈਰਾਂ ਵਿੱਚ ਜੁਰਾਬਾਂ ਬੂਟ ਪਾ ਕੇ ਜੋੜੇ ਪਾ ਕੇ ਆਉਂਦੇ ਹਾਂ, ਪਰ ਗੁਰੂ ਪਾਤਸ਼ਾਹ ਦੀ ਵੇਖ ਲਓ ਇਹੋ ਜੀ ਉਹ ਸਮਰਪਣ ਭਾਵ ਹੈ ਮਹਾਰਾਜ ਜੀ ਦਾ ਕਿ ਨੰਗੇ ਪੈਰੀਂ ਆਏ ਹਨ। ਉਹ ਦੁੱਖੜੇ ਸਹਾਰ ਰਹੇ ਹਨ ਪਰ ਸੀ ਵੀ ਨਹੀਂ ਉਚਾਰਦੇ। ਐਸੇ ਦੀਨ ਦਿਆਲ ਪਾਤਸ਼ਾਹ ਸਤਿਗੁਰੂ ਜੀ ਪਲੰਘ 'ਤੇ ਬਿਰਾਜਮਾਨ ਹੋ ਕੇ ਹੁਣ ਜਾ ਰਹੇ ਹਨ। ਜਦੋਂ ਆਏ ਹਨ ਪੈਰਾਂ ਵਿੱਚ ਸੂਲਾਂ ਚੁੱਭੀਆਂ ਹਨ, ਜਦੋਂ ਜਾ ਰਹੇ ਹਨ ਹੁਣ ਤੁਰਨਾ ਵੀ ਨਹੀਂ ਪੈ ਰਿਹਾ, ਪਲੰਘ 'ਤੇ ਚੌਂਕੜਾ ਸਜਾ ਕੇ ਬੈਠੇ ਹਨ ਪਾਤਸ਼ਾਹ। ਦੂਰ ਤੋਂ ਕੋਈ ਦੇਖਦਾ ਹੈ ਅਤੇ ਉਹ ਭਾਵਨਾ ਵਿੱਚ ਆ ਕੇ ਸਿਜਦਾ ਕਰਦਾ ਹੈ ਉੱਚ ਦੇ ਪੀਰ ਨੂੰ। ਜਿੱਥੇ ਗੁਰਦੁਆਰਾ ਕਿਰਪਾਨ ਪੇਟ ਹੈ, ਦਿਲਾਵਰ ਖਾਨ ਨੇ ਉੱਥੇ ਨਾਕਾਬੰਦੀ ਕੀਤੀ ਸੀ। ਉਹਦੇ ਮਨ ਵਿੱਚ ਉਸੇ ਵੇਲੇ ਆ ਗਿਆ ਦੇਖ ਕੇ ਕਿ ਕਿਤੇ ਬਾਜਾਂ ਵਾਲੇ ਪ੍ਰੀਤਮ ਭੇਸ ਬਦਲ ਕੇ ਨਾ ਇੱਥੋਂ ਚਲੇ ਜਾਣ। ਦਿਲਾਵਰ ਖਾਨ ਨੇ ਗੁਰੂ ਮਹਾਰਾਜ ਜੀ ਸਤਿਗੁਰੂ ਜੀ ਦੇ ਸਨਮੁਖ ਆ ਕੇ ਰੋਕਿਆ ਹੈ ਕਿ ਮੈਂ ਅੱਗੇ ਨਹੀਂ ਜਾਣ ਦਿੰਦਾ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਹੈ ਸਾਡੇ ਇੱਥੇ ਅਨੇਕਾਂ ਸ਼ਰਧਾਲੂ ਹਨ ਇਲਾਕੇ ਵਿੱਚ। ਕਹਿਣ ਲੱਗਾ ਫਿਰ ਕਾਜ਼ੀ ਬੁਲਾ ਕੇ ਤੁਹਾਡੀ ਸ਼ਨਾਖਤ ਕੀਤੀ ਜਾਏਗੀ। ਅਨਾਇਤ ਅਲੀ ਨਾਮ ਦਾ ਕਾਜ਼ੀ ਨੂਰਪੁਰ ਪਿੰਡ ਤੋਂ ਬੁਲਾਇਆ ਗਿਆ ਹੈ। ਉਸਨੇ ਆ ਕੇ ਸਿਜਦਾ ਕੀਤਾ ਹੈ, ਪਛਾਣਿਆ ਮਹਾਰਾਜ ਜੀ ਨੂੰ, ਪਰ ਸਤਿਗੁਰੂ ਨੇ ਇਸ਼ਾਰਾ ਕਰਕੇ ਕਿਹਾ ਵੀ ਦਿਲਾਵਰ ਖਾਨ ਵੱਲ ਹੀ ਜਾਓ। ਤੁਸੀਂ ਜਾ ਕੇ ਦਿਲਾਵਰ ਖਾਨ ਨੂੰ ਕਿਹਾ ਥਾਣੇਦਾਰ ਨੂੰ ਕਿ ਇਹ ਉੱਚ ਦੇ ਪੀਰ ਹਨ, ਪੀਰਾਂ ਦੇ ਪੀਰ ਹਨ, ਅੱਲਾ ਦਾ ਨੂਰ ਹਨ, ਇਹਨਾਂ ਨੂੰ ਇਹ ਜ਼ਿਆਰਤ ਵਿੱਚ ਰਹਿੰਦੇ ਹਨ, ਇਹਨਾਂ ਨੂੰ ਸਫ਼ਰ ਵਿੱਚ, ਅਗਲੇ ਸਫ਼ਰ ਵਿੱਚ ਤੁਸੀਂ ਜਾਣ ਦਿਓ। ਅਤੇ ਉਸ ਸਮੇਂ ਗੁਰੂ ਸਵਾਰਿਓ ਦਿਲਾਵਰ ਖਾਂ ਵੀ ਸ਼ਰਧਾ ਭਾਵਨਾ ਵਿੱਚ ਆ ਕੇ ਗੁਰੂ ਪਾਤਸ਼ਾਹ ਨੂੰ ਅੱਗੇ ਜਾਣ ਵਾਸਤੇ ਉਹ ਮਦਦ ਕਰਦਾ ਹੈ। ਗੁਰੂ ਜੀ ਨੇ ਇੱਕ ਅੰਤਰਜਾਮਤਾ ਨਾਲ ਉਸ ਨੂੰ ਗੱਲ ਸਮਝਾਈ ਹੈ, ਦਿਲਾਵਰ ਖਾਂ ਜਦੋਂ ਤੂੰ ਚਮਕੌਰ ਦੀ ਗੜੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਫੌਜ ਲੈ ਕੇ ਆਇਆ ਸੀ, ਉਦੋਂ ਤੂੰ ਕਹਿੰਦਾ ਸੀ ਮੇਰੇ ਸਾਹਮਣੇ ਗੁਰੂ ਗੋਬਿੰਦ ਸਿੰਘ ਨਾ ਆਉਣ, ਉਦੋਂ ਤੂੰ ਭੈ ਭੀਤ ਸੀ ਗੁਰੂ ਤੋਂ, ਅਤੇ ਤੇਰੇ ਵੇਖ ਸਾਹਮਣੇ ਗੁਰੂ ਨਹੀਂ ਆਏ, ਤੂੰ ਆਪਣੀ ਜਾਨ ਬਚਾ ਕੇ ਉੱਥੋਂ ਆਇਆ ਹੈ, ਅਤੇ ਤੂੰ 500 ਮੋਹਰਾਂ ਉੱਚ ਦੇ ਪੀਰ ਨੂੰ ਭੇਟ ਕਰਨੀਆਂ ਮੰਨੀਆਂ ਸੀ ਅਤੇ ਹੁਣ ਭੁੱਲ ਵੀ ਗਿਆ। ਦਿਲਾਵਰ ਖਾਨ ਨੂੰ ਉਸੇ ਵੇਲੇ ਚੇਤਾ ਆਉਂਦਾ ਹੈ, ਉਹ 500 ਮੋਹਰਾਂ ਭੇਟ ਰੱਖ ਕੇ ਉੱਚ ਦੇ ਪੀਰ ਨੂੰ ਅੱਗੇ ਰਵਾਨਾ ਕਰਦਾ ਹੈ, ਔਰ ਖਿਮਾ ਵੀ ਮੰਗਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸੱਚੇ ਪਾਤਸ਼ਾਹ ਦੇ ਇੱਥੇ 4 ਅਸਥਾਨ ਹਨ ਜਿੱਥੇ ਹਾਜ਼ਰੀ ਭਰ ਰਹੇ ਹਾਂ, ਗੁਰਦੁਆਰਾ ਚਰਨ ਕਮਲ ਸਾਹਿਬ, ਗੁਰਦੁਆਰਾ ਚੁਬਾਰਾ ਸਾਹਿਬ, ਗੁਰਦੁਆਰਾ ਭਾਈ ਗਨੀ ਖਾਂ ਨਬੀ ਖਾਂ ਸਾਹਿਬ, ਗੁਰਦੁਆਰਾ ਕਿਰਪਾਨ ਪੇਟ, 4 ਅਸਥਾਨ ਹਨ ਆਉਣ ਵਾਲੇ ਦਿਨਾਂ ਵਿੱਚ 23 ਤਰੀਕ ਤੋਂ 23 ਦਸੰਬਰ ਤੋਂ ਮਹਾਨ ਸਾਲਾਨਾ ਜੋੜ ਮੇਲ ਜੋ ਸੱਚੇ ਪਾਤਸ਼ਾਹ ਦੀ ਇੱਥੇ ਆਮਦ ਹੈ, ਗੁਰੂ ਜੀ ਦੇ ਚਰਨ ਪਾਉਣ ਦੀ ਸਾਲਾਨਾ ਯਾਦ ਨੂੰ ਸਮਰਪਿਤ ਮਹਾਨ ਸਮਾਗਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਭਾ ਸੁਸਾਇਟੀਆਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਮਹਾਨ ਗੁਰਮਤਿ ਸਮਾਗਮ ਹੋ ਰਹੇ ਹਨ।
23 ਤਰੀਕ ਨੂੰ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਝਾੜ ਸਾਹਿਬ ਤੋਂ ਮਾਛੀਵਾੜਾ ਸਾਹਿਬ ਆ ਕੇ ਸੰਪੂਰਨ ਹੋਵੇਗਾ। ਇਸੇ ਪ੍ਰਕਾਰ 24 ਤਰੀਕ ਦੇ ਵਿਸ਼ਾਲ ਸੁੰਦਰ ਸਰੂਪ ਦੀਵਾਨ ਸਜਾਏ ਜਾਣਗੇ ਦੀਵਾਨ ਹਾਲ ਵਿੱਚ, ਜਿਸ ਵਿੱਚ ਪੰਥ ਪ੍ਰਸਿੱਧ ਸ਼ਖਸੀਅਤਾਂ, ਜਥੇਦਾਰ ਸਾਹਿਬਾਨ, ਮੈਂਬਰ ਸਾਹਿਬਾਨ ਅਤੇ ਸ਼੍ਰੋਮਣੀ ਕਮੇਟੀ ਦੇ ਐਡਵੋਕੇਟ ਸਰਦਾਰ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰਨ ਵਾਸਤੇ ਪਹੁੰਚ ਰਹੇ ਹਨ ਔਰ ਸਮੁੱਚੀ ਸੰਗਤ ਨੂੰ ਸੁਨਿਮਰ ਬੇਨਤੀ ਹੈ 24 ਤਰੀਕ ਨੂੰ ਦੀਵਾਨ ਸਜਣੇ ਹਨ। ਢਾਡੀ ਜਥੇ, ਕਵੀਸ਼ਰੀ ਜਥੇ, ਰਾਗੀ ਜਥੇ, ਪ੍ਰਚਾਰਕ ਸਾਹਿਬਾਨਾਂ ਨੇ ਆਪ ਜੀ ਨੂੰ ਗੁਰੂ ਜਸ ਸਰਵਣ ਕਰਾਉਣਾ ਹੈ, ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨਾ। ਦੂਸਰੀ ਬੇਨਤੀ ਹੈ 25 ਤਰੀਕ ਨੂੰ ਵਿਸ਼ਾਲ ਨਗਰ ਕੀਰਤਨ ਇਸ ਸਥਾਨ ਤੋਂ ਸਜਾਏ ਜਾਣਗੇ। ਪੰਜ ਪਿਆਰਿਆਂ ਦੀ ਯੋਗ ਅਗਵਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ 25 ਤਰੀਕ ਨੂੰ ਇਹ ਨਗਰ ਕੀਰਤਨ ਗੁਰਦੁਆਰਾ ਚਰਨ ਕਮਲ ਸਾਹਿਬ ਤੋਂ ਚੱਲਦੇ ਹੋਏ ਗੁਰਦੁਆਰਾ ਚੁਬਾਰਾ ਸਾਹਿਬ, ਗੁਰਦੁਆਰਾ ਗਨੀ ਖਾਂ ਨਬੀ ਖਾਂ, ਸਿੰਘ ਸਭਾ ਗੁਰਦੁਆਰਾ ਬਾਜ਼ਾਰ ਵਿੱਚੋਂ ਦੀ ਹੁੰਦੇ ਹੋਏ ਗੁਰਦੁਆਰਾ ਕਿਰਪਾਨ ਭੇਟ ਤੋਂ ਇਸੇ ਅਸਥਾਨ 'ਤੇ ਵਾਪਸੀ 25 ਤਰੀਕ ਦੀ ਹੋਏਗੀ। ਆਓ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਫਲਸਫੇ ਨਾਲ ਜੁੜੀਏ। ਧਰਮ ਦੀ ਰੱਖਿਆ ਜਿੱਥੇ ਮਹਾਰਾਜ ਜੀ ਨੇ ਕੀਤੀ ਹੈ, ਅੱਜ ਵੀ ਕਲਗੀਧਰ ਪਾਤਸ਼ਾਹ ਧਰਮ ਰੱਖਿਅਕ ਹਨ, ਹਾਜ਼ਰ ਨਾਜ਼ਰ ਹਨ ਸੱਚੇ ਪਾਤਸ਼ਾਹ, ਜਿਨ੍ਹਾਂ ਦੀ ਵਿਚਾਰਧਾਰਾ ਨਾਲ ਜੁੜੀਏ, ਗੁਰੂ ਵਾਲੇ ਬਣੀਏ, ਖਾਲਸਾ ਸਜੀਏ, ਬਾਣੀ ਅਤੇ ਬਾਣੇ ਦੇ ਧਾਰਨੀ ਹੋਈਏ। ਕਲਗੀਧਰ ਪਾਤਸ਼ਾਹ ਕਿਰਪਾ ਕਰਨ ਸਭਨਾਂ ਨੂੰ ਆਪਣੇ ਚਰਨਾਂ ਦਾ ਪਿਆਰ, ਚਰਨਾਂ ਦੀ ਪ੍ਰੀਤ ਬਖਸ਼ਣ, ਹਾਜ਼ਰੀਆਂ ਪ੍ਰਵਾਨ ਕਰਨ ਮੇਰੀਆਂ ਭੁੱਲਾਂ ਖਿਮਾ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।